ਤੇਰਾ ਤਾਂ ਝੱਗਾ ਮਿੱਟੀ ਨਾਲ ਲਿਪੜਿਆ ਪਿਆ ਹੈ। ਜਿਹੜੀ ਕੁੜੀ ਪਿਓ ਦੇ ਕੱਪੜੇ ਤੇ ਮਿੱਟੀ ਨਹੀਂ ਜਰ ਸਕਦੀ ਉਹਦੀ ਇੱਜ਼ਤ ਨੂੰ ਦਾਗ ਕੇ ਮਿਲਾ ਦੋ। ਮੈਨੂੰ ਕਹਿੰਦਾ ਮੰਮੀ ਮੈਂ ਕਲੀਨ ਅਪ ਕਰਦਾ। ਮੈਨੂੰ ਤਾਂ ਬਾਅਦ 'ਚ ਪਤਾ ਲੱਗਿਆ ਜੈਖਾਣਾ ਸਫਾਈ ਕਰਦਾ ਉੱਥੇ ਅਤੇ ਬਹੂ ਵੀ ਉਹੀ ਕੰਮ ਕਰਦੀ ਆ ਅਤੇ ਇੱਥੇ ਮਜਾਜਾਂ ਪੱਟੀ ਨੂੰ ਨਿੱਤ ਨਵੇਂ ਸੂਟ ਪਾਉਣ ਤੋਂ ਵਿਹਲ ਨਹੀਂ ਮਿਲਦੀ ਸੀ। ਮੇਰੀ ਸੱਸ ਆ ਗਈ ਉੱਪਰੋਂ, ਉਹਨੇ ਆ ਕੇ ਰੌਲਾ ਪਾਇਆ ਬੀਬੀ ਤਾਂ ਮੇਰੀ ਜਾਨ ਬਚੀ ਉਦੋਂ, ਜੇ ਮੈਨੂੰ ਕੁਛ ਹੋ ਜਾਂਦਾ ਮੇਰੇ ਤਾਂ ਜਵਾਕ ਰੁਲ ਜਾਂਦੇ। ਬਸ ਉਹਨੂੰ ਇਹੀ ਦੁੱਖ ਹੈ ਕਿ ਮੈਂ ਹੱਸਦੀ ਕਿਉਂ ਆ, ਆਖੇ ਲੋਕ ਸ਼ੱਕ ਕਰਦੇ ਨੇ। ਮੈਂ ਤੇਜੀ ਸੰਧੂ, ਮੈਂ 27 ਫਿਲਮਸ ਕਰ ਚੁੱਕੀ ਹਾਂ ਵੱਡੀ, ਔਰ ਐਜ਼ ਆ ਡਾਇਰੈਕਟਰ ਐਜ਼ ਆ ਰਾਈਟਰ ਕੰਮ ਕਰਦੀ ਹਾਂ ਮਾਰਕੀਟ 'ਚ। ਔਰ ਇਹ ਜਿਹੜੀ ਫਿਲਮ ਹੈ ਇਹਨੂੰ ਸ਼ਾਰਟ ਫਿਲਮ ਨਹੀਂ ਕਿਹਾ ਜਾ ਸਕਦਾ। ਦੇਖੋ ਕਹਿੰਦੇ ਨੇ ਉਹਦੇ ਕੁਛ ਮੁਕਾ ਛੋਟੀਆਂ ਚੀਜ਼ਾਂ 'ਚ ਹੋ ਜੇ ਤਾਂ ਮੈਸੇਜ ਸਾਨੂੰ ਛੋਟੇ ਟਾਈਮ ਘੱਟ ਟਾਈਮ 'ਚ ਮਿਲੇ ਤਾਂ ਉਹ ਫਿਲਮ ਬਹੁਤ ਵੱਡੀ ਹੁੰਦੀ ਹੈ। ਮੇਰੇ ਹਿਸਾਬ ਨਾਲ ਇਹ ਫੀਚਰ ਫਿਲਮ ਜਿੱਡੀ ਹੀ ਵੱਡੀ ਫਿਲਮ ਹੈ ਅਤੇ ਕਈ ਵਾਰ ਕਿ 2 ਘੰਟੇ ਦੀ ਫਿਲਮ ਦੇਖ ਕੇ ਵੀ ਇੱਕ 5 ਪੈਸੇ ਦਾ ਮੈਸੇਜ ਨਹੀਂ ਮਿਲਦਾ ਅਤੇ ਇੱਕ 2 ਅੱਧੇ ਘੰਟੇ ਦੀ ਫਿਲਮ 'ਚੋਂ ਸਾਨੂੰ ਕਰੋੜਾਂ ਦਾ ਮੈਸੇਜ ਮਿਲਦਾ, ਸਾਡੀ ਜ਼ਿੰਦਗੀ ਸਵਾਰ ਦਿੰਦਾ ਉਹ ਮੈਸੇਜ। ਇਸ ਤਰ੍ਹਾਂ ਦੀ ਇਹ ਫਿਲਮ ਆ, ਇਹ 'ਚ ਮੇਰਾ ਇੱਕ ਕਰੈਕਟਰ ਹੈ ਸਰਦਾਰਨੀ ਦਾ ਜੋ ਇੱਕ ਰਿਚ ਫੈਮਿਲੀ ਨੂੰ ਬਿਲੋਂਗ ਤਾਂ ਕਰਦੀ ਹੈ ਬਟ ਘਰ ਵਾਲਾ ਵੀ ਦੁਨੀਆ ਤੋਂ ਜਾ ਚੁੱਕਿਆ। ਜਿਹੜੀ ਉਹਦੀ ਨੌਕਰਾਣੀ ਹੈ ਉਹ ਉਹਦੀ ਜ਼ਿੰਦਗੀ ਦਾ ਸਹਾਰਾ ਵੀ ਹੈ, ਉਹਦਾ ਮਨੋਰੰਜਨ ਦਾ ਸਾਧਨ ਵੀ ਹੈ, ਉਹਦੇ ਦੁੱਖ ਸੁੱਖ ਦੀ ਸਾਥੀ ਵੀ ਹੈ, ਪਰ ਉਹ ਜਦੋਂ ਵੀ ਫਰਸਟ੍ਰੇਟ ਹੁੰਦੀ ਉਹ ਸਾਰੀ ਫਰਸਟ੍ਰੇਸ਼ਨ ਆਪਣੀ ਨੌਕਰਾਣੀ 'ਤੇ ਹੀ ਕੱਢਦੀ ਹੈ। ਨੌਕਰਾਣੀ ਜਿਹੜੀ ਹੈ ਕਿ ਉਹ ਮਤਲਬ ਹਮੇਸ਼ਾ ਹੱਸ ਕੇ ਸਾਰਦੀ ਹੈ, ਜੋ ਘਰੋਂ ਬਹੁਤ ਜ਼ਿਆਦਾ ਖੁਦ ਵੀ ਦੁਖੀ ਹੈ ਪਰ ਉਹ ਸਰਦਾਰਨੀ ਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹੈ। ਬਸ ਇਹ ਇੱਕ ਅਜਿਹੇ ਰੰਗ ਪੇਸ਼ ਕਰਦੀ ਹੈ ਫਿਲਮ ਜਿਹਦੇ ਵਿੱਚ ਹਰ ਮੂਮੈਂਟ ਤੋਂ ਬਾਅਦ ਇਹ ਫਿਲਮ ਦਾ ਜਿਹੜਾ ਕਰੈਕਟਰ ਸਰਦਾਰਨੀ ਹੈ ਉਹ ਕਲਰ ਬਦਲਦਾ, ਕਦੇ ਇਮੋਸ਼ਨਲ ਹੋ ਜਾਂਦਾ ਹੈ, ਕਦੇ ਰੋਮੈਂਟਿਕ ਹੋ ਜਾਂਦਾ ਹੈ, ਕਦੇ ਆਪਣੇ ਪੁਰਾਣੇ ਖਿਆਲਾਂ 'ਚ ਚਲੀ ਜਾਂਦੀ ਆ ਅਤੇ ਕਦੇ ਫਰਸਟ੍ਰੇਟ ਹੋ ਜਾਂਦੀ ਆ ਅਤੇ ਕਦੇ ਬਿਲਕੁਲ ਹੀ ਹੈਲਪਲੈਸ ਹੋ ਜਾਂਦੀ ਆ ਅਤੇ ਕਈ ਵਾਰ ਹੈਲਪਫੁੱਲ ਹੋ ਜਾਂਦੀ ਆ। ਔਰ ਉਸ ਤੋਂ ਬਾਅਦ ਕੀ ਹੈ ਕਿ ਉਹਦਾ ਜਿਹੜਾ ਇੱਕ ਰੰਗ ਹੈ ਕਿ ਉਹਦੀ ਜਿਹੜੀ ਹਾਸੀ ਖੋ ਚੁੱਕੀ ਹੈ ਉਹ ਲੂਤਰੋ ਦੇ ਜ਼ਰੀਏ ਹੀ ਆਪਣੀ ਨੌਕਰਾਣੀ ਦੇ ਜ਼ਰੀਏ ਹੀ ਬਾਹਰ ਕੱਢਦੀ ਹੈ। ਲੂਤਰੋ ਇਹਦੇ ਵਿੱਚ ਸਬਜੈਕਟ ਨੂੰ ਅਸੀਂ ਕੁਐਸਚਨ ਮਾਰਕ ਕਰਕੇ ਛੱਡਿਆ ਕਿ ਉਹ ਆਡੀਅੰਸ ਸੁਜੈਸਟ ਕਰੇ ਸਾਨੂੰ ਅਤੇ ਦੇਖ ਕੇ ਅੰਦਾਜ਼ਾ ਲਾਵੇ ਲੂਤਰੋ ਕੌਣ ਹੈ ਅਸਲ 'ਚ। ਔਰ ਇੱਕ ਇਹ ਚੀਜ਼ ਸਰਦਾਰਨੀ ਦਾ ਜਿਹੜਾ ਦਰਦ ਬਿਆਨ ਹੋਇਆ ਇਹਦੇ 'ਚ ਕਿ ਸਾਡੇ ਬੱਚੇ ਬਾਹਰ ਜਾ ਕੇ ਮਤਲਬ ਚੱਕਾ ਚੌਂਦ ਵਿੱਚ ਜਾ ਕੇ ਫਸ ਜਾਂਦੇ ਆ, ਪੈਸੇ ਦੇ ਚੱਕਰ 'ਚ ਜਾ ਕੇ ਫਸ ਜਾਂਦੇ ਆ, ਕਮਾਈਆਂ ਕਰਨ ਚਲੇ ਜਾਂਦੇ ਆ, ਪਰ ਆਪਣੇ ਪੇਰੈਂਟਸ ਨੂੰ ਨੌਕਰਾਂ ਦੇ ਸਹਾਰੇ ਛੱਡ ਕੇ ਉਹ ਕਦੇ ਪਿੱਛੇ ਮੁੜਨ ਦੀ ਕੋਸ਼ਿਸ਼ ਨਹੀਂ ਕਰਦੇ। ਹਮੇਸ਼ਾ ਇਹੀ ਕੋਸ਼ਿਸ਼ 'ਚ ਲੱਗੇ ਰਹਿੰਦੇ ਕਿ ਸਾਡੇ ਮਾਂ ਪਿਓ ਨੂੰ ਸ਼ਾਇਦ ਸਾਡੀ ਨਹੀਂ ਪੈਸਿਆਂ ਦੀ ਜ਼ਰੂਰਤ ਹੈ। ਅਤੇ ਸਰਦਾਰਨੀ ਹਮੇਸ਼ਾ ਆਪਣੇ ਪੁੱਤ ਨੂੰ ਮਿਲਣਾ ਚਾਹੁੰਦੀ ਆ, ਆਨੇ ਬਹਾਨੇ ਆਪਣੇ ਦੁੱਖ ਦਰਦ ਬਿਆਨ ਕਰਦੀ ਆ ਆਪਣੇ ਪੁੱਤਰ ਅੱਗੇ ਕਿ ਮੈਂ ਬਹੁਤ ਜ਼ਿਆਦਾ ਦੁੱਖ 'ਚ ਹਾਂ, ਮੈਂ ਦਰਦ ਹੋ ਰਿਹਾ, ਮੇਰੇ ਓਪਰੇਸ਼ਨ ਕਰਵਾਈ, ਇਹ ਕਰ ਵੋ ਕਰ, ਪਰ ਪੁੱਤਰ ਹੈ ਜੋ ਪੈਸੇ ਭੇਜ ਕੇ ਸਾਰ ਦਿੰਦਾ। ਬਸ ਇਹ ਇੱਕ ਦਰਦ ਦਿਖਾਇਆ ਗਿਆ ਹੈ ਕਿ ਸਰਦਾਰਨੀ ਦਾ ਜੋ ਦਰਦ ਹੈ ਉਹ ਹਰ ਉਸ ਮਾਂ ਦਾ ਦਰਦ ਹੈ ਜਿਹਦੇ ਬੱਚੇ ਬਾਹਰ ਬੈਠੇ ਨੇ ਜਾਂ ਦੂਰ ਦੁਰਾਡੇ ਕਮਾਈਆਂ ਕਰਦੇ ਨੇ। ਮੂਵੀ ਬਾਰੇ ਕਿ ਇਸ ਮੂਵੀ ਦਾ ਪੂਰਾ ਥੀਮ ਇੱਕ ਸ਼ਾਰਟ ਮੂਵੀ ਨਹੀਂ ਹੈ, ਫੀਚਰ ਮੂਵੀ ਦੀ ਤਰ੍ਹਾਂ ਇਹਦੇ ਵਿੱਚ ਇੱਕ ਸਿੰਗਲ ਮੈਸੇਜ ਨਹੀਂ ਦਿੱਤਾ ਹੋਇਆ, ਇਹਦੇ ਵਿੱਚ 4-5 ਜਾਂ ਉਸ ਤੋਂ ਵੱਧ ਵੀ ਮੈਸੇਜ ਨੇ ਜੋ ਇੱਕ ਮੂਵੀ ਦੇ ਥਰੂ ਰਾਈਟਰ ਸਾਹਿਬ ਨੇ ਬਾਹਰ ਕੱਢੇ ਨੇ। ਜਿਵੇਂ ਕਿ ਬੱਚੇ ਆਪਣੇ ਪੇਰੈਂਟਸ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਨੇ, ਪੇਰੈਂਟਸ ਇਕੱਲੇ ਨੇ, ਪੇਰੈਂਟਸ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ, ਨੌਕਰਾਂ ਦੇ ਸਹਾਰੇ ਕਿਵੇਂ ਰਹਿੰਦੇ ਨੇ। ਅਤੇ ਦੂਸਰਾ ਇੱਕ ਪੇਰੈਂਟਸ ਦੇ ਘਰੇ ਬੇਟੀ ਜਨਮ ਲੈਂਦੀ ਹੈ ਅਤੇ ਉਹ ਕਿਵੇਂ ਆਪਣੇ ਬੇਟੇ ਦੀ ਇੱਛਾ ਲਈ ਬੇਟੀ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਕਿ ਹਾਂ ਬੇਟੀ ਸਾਡੇ ਲਈ ਇੱਕ ਕਲੰਕ ਹੈ, ਬਾਹਰ ਵੱਡੇ ਹੋ ਕੇ ਬਾਹਰ ਨਿਕਲੇਗੀ, ਕੁਛ ਨਾ ਕੁਛ ਮਤਲਬ ਤੋਮਤ ਆਏਗੀ ਸਾਡੇ ਸਿਰ ਦੇ ਉੱਤੇ। ਅਤੇ ਗਰੀਬੀ ਅਮੀਰ ਨੂੰ ਦਿਖਾਇਆ ਗਿਆ ਇਹਦੇ ਵਿੱਚ, ਦੁੱਖ ਨੂੰ ਅਤੇ ਹਾਸੇ ਨੂੰ ਦਿਖਾਇਆ ਗਿਆ ਇਸ ਮੂਵੀ ਦੇ ਵਿੱਚ ਕਿ ਤੁਸੀਂ ਕਿੰਨਾ ਪਰੇਸ਼ਾਨ ਹੋ ਫਿਰ ਵੀ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਹੋ। ਅਤੇ ਜੋ ਸਰਦਾਰਨੀ ਦੀ ਫਰਸਟ੍ਰੇਸ਼ਨ ਹੈ ਉਹ ਕਿਸ ਤਰੀਕੇ ਨਾਲ ਆਪਣੀ ਨੌਕਰਾਨੀ 'ਤੇ ਕਰਦੀ ਹੈ, ਅਤੇ ਨੌਕਰ ਦਾ ਜੋ ਕਿਰਦਾਰ ਹੈ ਇਹਦੇ ਅੰਦਰ ਉਹ ਕਿਸ ਤਰੀਕੇ ਨਾਲ ਆਪਣੀ ਫੈਮਿਲੀ ਨੂੰ ਆਪਣੇ ਫਾਦਰ ਨੂੰ ਸਪੋਰਟ ਕਰਦੀ ਹੈ ਉਹ ਇੰਨੇ ਬਿਮਾਰ ਫਾਦਰ ਨੂੰ, ਅਤੇ ਉਸ ਤੋਂ ਬਾਅਦ ਆ ਕੇ ਆਪਣੀ ਜੋ ਮਾਲਿਕ ਹੈ ਜੋ ਸਰਦਾਰਨੀ ਹੈ ਉਸਨੂੰ ਵੀ ਸਪੋਰਟ ਕਰਦੀ ਹੈ, ਉਸਦਾ ਵੀ ਸਾਰਾ ਗੁੱਸਾ ਆਪਣੇ ਉੱਪਰ ਲੈਂਦੀ ਹੈ, ਅਤੇ ਫਿਰ ਵੀ ਉਹਦੀ ਸਲਾਹਕਾਰ ਵੀ ਉਹੀ ਆ, ਉਹਨੂੰ ਸਲਾਹ ਦਿੰਦੀ ਹੈ ਤੁਸੀਂ ਐਵੇਂ ਨਹੀਂ ਕਰਨਾ, ਤੁਸੀਂ ਐਵੇਂ ਕਰ ਲਓ, ਮਤਲਬ ਤੁਹਾਡੇ ਓਪਰੇਸ਼ਨ ਲਈ ਤੁਸੀਂ ਇਹ ਕਰੋ ਵੋ ਕਰੋ, ਹੈ ਨਾ। ਅਤੇ ਇਸ ਤਰੀਕੇ ਨਾਲ ਉਹ ਦੋਨੋਂ ਹੀ ਇੱਕ ਦੂਸਰੇ ਦੀਆਂ ਅੱਛੀਆਂ ਦੋਸਤ ਵੀ ਨੇ, ਅਤੇ ਇੱਕ ਦੂਸਰੇ ਦੇ ਨਾਲ ਉਹਨਾਂ ਦਾ ਇੰਨਾ ਜ਼ਿਆਦਾ ਬਾਉਂਡ ਹੈ ਮੂਵੀ ਦੇ ਵਿੱਚ, ਤੁਸੀਂ ਦੇਖੋਗੇ ਤੁਹਾਨੂੰ ਖੁਦ ਪਤਾ ਚੱਲ ਜਾਏਗਾ।